ਜਿਹੜੀ ਕੰਪਨੀ ਦਾ ਮਾਲ ਕਹਿੰਦੇ ਆ ਉਹ ਮਾਲ ਲੱਗ ਜਾਂਦਾ, ਜਿਵੇਂ ਆਹ ਦੇਖੋ ਜੀ ਟਾਟਾ ਦਾ ਮਾਲ ਲੱਗਿਆ ਜੀ। ਹਾਂ, ਇੱਥੇ ਟਾਟਾ ਦਾ ਮਾਲ ਲੱਗਿਆ ਹੋਇਆ। ਹਾਂ, ਇਹ ਤੁਹਾਨੂੰ ਮੈਂ ਗੱਲ ਪੁੱਛਣੀ ਸੀ ਜ਼ਰੂਰ। ਟਾਟਾ ਸੇਲ ਜੀ ਆ, ਠੀਕ ਆ, ਟਾਟਾ ਸੇਲ ਆ। ਹਾਂ, ਠੀਕ ਆ, ਟਾਟਾ ਵੀ ਦੇਖੋ ਜੀ ਸੇਲ ਦੀ ਆ ਸਾਰੀ। ਓਕੇ, ਠੀਕ ਹੈ ਜੀ। ਆ ਕਲਚ ਲੌਕ ਲੱਗਿਆ ਨਵੇਂ ਮਾਡਲ ਦੇ, ਠੀਕ ਹੈ। ਦੇਖੋ ਇਹਨਾਂ ਡਾਲਾ ਖੁੱਲ ਜਾਂਦਾ, ਟਾਇਟ ਹੋ ਜਾਂਦਾ, ਇਹ ਨਵਾਂ ਆ ਗਿਆ, ਪਹਿਲਾਂ ਸੰਗਲ ਚੱਲਦੇ। ਹਾਂਜੀ ਵੀ, ਸੋ ਦੋਸਤੋ, ਅੱਜ ਤੁਹਾਡੇ ਲਈ ਲੈ ਕੇ ਵੀਡੀਓ ਆਏ ਆਪਾਂ ਨਾ ਟਰਾਲੀਆਂ ਦੀ, ਅਤੇ ਰਾਈ ਵਾਲੇ ਵੀਰਾਂ ਕੋਲੇ ਖੜੇ ਹਾਂ, ਜਿੱਥੇ ਇਹਨਾਂ ਵੀਰਾਂ ਨੂੰ 50-60 ਸਾਲ ਹੋ ਗਏ ਟਰਾਲੀਆਂ ਬਣਾਉਂਦੇ ਨੂੰ। ਅਤੇ ਟਰਾਲੀਆਂ ਵੀ ਦੇਖ ਸਕਦੇ ਤੁਸੀਂ, ਪੂਰੀਆਂ ਘੈਂਟ ਤਿਆਰ ਕਰੀਆਂ ਨੇ, ਜਿਵੇਂ ਹੋਲੈਂਡ ਵਾਲੀ ਕਰੀ ਹੋਈ ਇੱਧਰਲੀ ਸਾਈਡ 'ਤੇ, ਅਤੇ ਆਹ ਇੱਧਰ ਕਰੀ ਹੋਈ ਹੈ ਜੌਂਡੀਅਰ ਵਾਲੀ, ਅਤੇ ਇੱਧਰ ਤਿਆਰ ਕਰੀ ਜਾਂਦੇ ਨੇ ਬਾਈ। ਅਤੇ ਬਾਕੀ ਆਪਾਂ ਗੱਲਬਾਤ ਕਰਾਉਣੇ ਬਾਈ ਹੁਣੇ ਨਾ, ਰਾਈ ਆ ਐਗਰੀ ਵਰਕਸ ਤਪਾ ਮੰਡੀ। ਹੋਰ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ? ਹਾਂਜੀ ਹਾਂ, ਠੀਕ ਆ ਬਾਈ ਜੀ, ਠੀਕ ਆ ਜੀ। ਮੈਂ ਟਰਾਲੀਆਂ ਤਾਂ ਹੋਏ ਬਾਈ ਨੂੰ ਵੀ 50-60 ਸਾਲ ਹੋ ਗਏ ਬਣਾਉਂਦੇ ਨੂੰ ਟਰਾਲੀ, ਹੈ ਨਾ ਜੀ? ਇੱਧਰ ਨੂੰ ਆ ਜਾਓ ਮਾੜਾ ਜਿਹਾ ਰੋਜ਼ ਆ ਟਰਾਲੀ ਕੋਲੇ, ਅਤੇ ਵੀ ਟਰਾਲੀ ਦੀ ਲੁੱਕ ਆ ਜਿਹੜੀ ਉਹ ਪੂਰੀ ਘੈਂਟ ਹੈ ਨਾ, ਇੱਕ ਤਾਂ ਕਹਿ ਦੀ ਆਪਾਂ। ਅਤੇ ਆਪਾਂ ਜੇ ਗੱਲ ਕਰੀਏ ਜੀ ਟਰਾਲੀ ਬਣਾਉਣ ਦੀ, ਕਦੋਂ ਕਦੋਂ ਬਣਾਉਂਦੇ ਆਪਾਂ ਟਰਾਲੀਆਂ ਜੀ? ਇਹ ਸਾਡੇ ਫਾਦਰ ਸਾਹਿਬ ਬਣਾਉਂਦੇ ਜੀ, 60 ਸਾਲ ਹੋ ਗਏ ਜੀ ਉਹਨਾਂ ਨੂੰ ਬਣਾਉਂਦਿਆਂ ਨੂੰ। ਠੀਕ ਆ, ਤਿਆਰ ਇਹ ਫਿਰ ਰੰਗ ਮਤਲਬ ਕਿਸਾਨ ਦੀ ਉਹ ਚੋਇਸ ਦਾ ਹੀ ਕਰਦੇ ਹੋ, ਜਿਵੇਂ ਲੀਲਾ ਕਰਤਾ, ਕਿਸਾਨ ਦੀ ਚੋਇਸ ਦਾ ਹੀ ਹੁੰਦਾ ਜੀ। ਠੀਕ ਆ, ਜਿਸ ਤਰ੍ਹਾਂ ਜਿਵੇਂ ਵੀ ਕਹਿੰਦਾ ਉਵੇਂ ਹੋ ਜਾਂਦਾ, ਬਣ ਜਾਂਦਾ। ਜਿਹੜੀ ਕੰਪਨੀ ਦਾ ਮਾਲ ਕਹਿੰਦੇ ਆ ਉਹ ਮਾਲ ਲੱਗ ਜਾਂਦਾ, ਜਿਵੇਂ ਆਹ ਦੇਖੋ ਜੀ ਟਾਟਾ ਦਾ ਮਾਲ ਲੱਗਿਆ ਜੀ। ਹਾਂ, ਇੱਥੇ ਟਾਟਾ ਦਾ ਮਾਲ ਲੱਗਿਆ ਹੋਇਆ। ਹਾਂ, ਇਹ ਤੁਹਾਨੂੰ ਮੈਂ ਗੱਲ ਪੁੱਛਣੀ ਸੀ ਜ਼ਰੂਰ। ਟਾਟਾ ਸੇਲ ਜੀ ਆ, ਠੀਕ ਆ, ਟਾਟਾ ਸੇਲ ਆ। ਠੀਕ ਆ, ਟਾਟਾ ਵੀ ਦੇਖੋ ਜੀ ਸੇਲ ਦੀ ਆ ਸਾਰੀ। ਓਕੇ, ਠੀਕ ਹੈ ਜੀ। ਆ ਕਲਚ ਲੌਕ ਲੱਗਿਆ ਨਵੇਂ ਮਾਡਲ ਦੇ, ਠੀਕ ਹੈ। ਦੇਖੋ ਇਹਨਾਂ ਡਾਲਾ ਖੁੱਲ ਜਾਂਦਾ, ਟਾਇਟ ਹੋ ਜਾਂਦਾ, ਇਹ ਨਵਾਂ ਆ ਗਿਆ, ਪਹਿਲਾਂ ਸੰਗਲ ਚੱਲਦੇ ਹੁੰਦੇ ਸੀ ਨਾ, ਸੰਗਲ ਚੱਲਦਾ ਹੀ ਖੜਕਾ ਕਰਦੇ, ਤੇ ਹੁਣ ਆ ਚੀਜ਼ ਆ ਗਈ, ਇਹਦੇ ਨਾਲ ਕਲਚ ਖੋਲ ਕੇ ਜੇ ਮਰਜ਼ੀ ਸੌਖਾ ਹੋ ਗਿਆ। ਠੀਕ ਹੈ ਜੀ, ਆ ਇਸ ਤਰ੍ਹਾਂ ਡਾਲੇ ਦੀ ਲੁੱਕ ਆ ਗਈ ਸਾਰੀ, ਦੇਖੋ। ਠੀਕ ਆ, ਇਹ ਡਾਲੇ ਦੀ ਲੁੱਕ ਆ ਗਈ, ਤੇ ਵਿੱਚ ਵਿਚਾਲੋ ਵੀ ਖੁੱਲਦਾ ਰੱਖ ਦਿੰਦੇ ਨੇ। ਇਹ ਵਿਚਾਲੋ ਵੀ ਖੁੱਲਦਾ, ਇਹ ਗਾਹਕ ਤੇ ਡਿਪੈਂਡ ਆ ਜੀ, ਉਹ ਗਾਹਕ ਤੇ ਡਿਪੈਂਡ ਆਗਾ। ਹਾਂ, ਠੀਕ ਆ, ਇੱਕ ਬਾਈ ਕਈ ਵਾਰ ਕਹਿੰਦੇ ਨੇ ਇੱਕ ਸਾਈਡ ਤੋਂ ਪੂਰਾ ਖੁੱਲਦਾ ਹੋ ਜਾਂਦਾ, ਖੁੱਲਦਾ ਹੋ ਜਾਂਦਾ ਜਿਸ ਤਰ੍ਹਾਂ ਗਾਹਕ ਚਾਹੁੰਦਾ ਉਸ ਤਰ੍ਹਾਂ, ਉਹ ਉਸੇ ਤਰ੍ਹਾਂ ਹੋ ਜਾਊਗਾ। ਤੇ ਜੇ ਹੁਣ ਆਪਾਂ ਆਹ ਟਰਾਲੀ ਦੀ ਗੱਲ ਕਰੀਏ, ਦੇਖੋ ਨੂੰ ਪੂਰੀ ਹੈਵੀ ਲੱਗਦੀ, ਕਿੰਨੇ ਕੁ ਕੁਇੰਟਲਾਂ ਦੀ ਹੋਊਗੀ ਇਹ? 24 ਕੁਇੰਟਲ weight ਆ ਜੀ ਇਹ ਟਰਾਲੀ ਦਾ। ਟਰਾਲੀ ਦਾ ਟਾਇਰਾਂ ਸਣੇ ਇੱਕ ਨਾ, ਬਿਨਾਂ ਟਾਇਰਾਂ, ਬਿਨਾਂ ਟਾਇਰਾਂ ਤੋਂ 24 ਕੁਇੰਟਲਾਂ ਦੀ, ਜਹਾਜ਼ ਦਾ ਫਰਸ ਲੱਗਿਆ ਵੇ, ਜਹਾਜ਼ੀ ਫਰਸ ਆ। ਹਾਂਜੀ, ਠੀਕ ਆ। ਤੇ ਟਾਟਾ ਦੀ ਸਾਈਡ ਆ, ਦੱਸ ਗਏ ਜੀ ਟਾਟਾ ਦਾ ਲੋਹਾ ਲੱਗਿਆ ਇਹਦੇ ਸਾਰਾ, ਬਾਕੀ ਸਾਰਾ ਸੇਲ ਦਾ ਮਾਲ ਆ ਜੀ। ਠੀਕ ਆ, ਜਿਵੇਂ ਉਹ ਪਰਲੇ ਸਾਈਡ ਟਰਾਲੀ ਖੜੀ ਆ ਆਹ, ਹਾਂਜੀ, ਇਹ ਤੇ ਵੀ ਟਾਟਾ ਵੀ, ਹਾਂਜੀ ਇਹਦੇ ਵੀ ਸੇਲ ਦਾ ਮਾਲ ਲੱਗਿਆ ਵਾ ਜੀ। ਠੀਕ ਆ, ਠੀਕ ਆ। ਬਾਕੀ ਗਾਹਕ ਤੇ ਡਿਪੈਂਡ ਆ ਜੀ, ਜਿਹੋ ਜਿਹਾ ਮਾਲ ਗਾਹਕ ਲਵਾਉਣਾ ਚਾਹੁੰਦਾ, ਠੀਕ ਆ ਜੀ, ਉਹੋ ਜਿਹਾ ਲਵਾਉਣਾ ਚਾਹੁੰਦਾ, ਦੇਸੀ ਲਵਾਉਣਾ ਚਾਹੁੰਦਾ, ਉਹੋ ਜਿਹਾ ਹੋ ਜਾਊਗਾ, ਉਹੋ ਜਿਹਾ ਮਾਲ ਬੁਲਾ ਲੈਣਾ। ਠੀਕ ਆ, ਤੋਲ ਕੇ ਟਰਾਲੀ ਬਣਦੀ ਆ ਜੀ weight ਦੇ ਅਕੋਰਡਿੰਗ। ਠੀਕ ਆ, ਜਿੰਨਾ weight ਹੋਊਗਾ weight ਦੇ ਹਿਸਾਬ ਨਾਲ ਪੈਸੇ ਲੈ ਲੈਣੇ। ਠੀਕ ਆ, ਹਲਕੇ ਭਾਰ ਵਾਲੀ ਕੋਈ ਗੱਲ ਨਹੀਂ ਹੈਗੀ, ਹਲਕੇ ਭਾਰ ਦਾ ਕੰਮ ਚੱਕਦਾ। ਠੀਕ ਆ, ਵੀ ਜਿੰਨਾ ਗਾਹਕ ਕਹੂਗਾ 10 ਕੁਇੰਟਲਾਂ ਦੀ, 12 ਦੀ, 15 ਦੀ, 18 ਦੀ, ਕਹੂਗਾ ਗਾਹਕ ਉਹਨੇ ਕੁਇੰਟਲ ਦੀ। ਠੀਕ ਆ, ਤੇ ਵੱਧੋ ਵੱਧ ਕਿੰਨੇ weightਾਂ ਤੱਕ ਵਗ ਜਾਂਦੀ ਟਰਾਲੀ ਜੀ? weight ਚ 14 ਫੁੱਟੀ 28 ਕੁਇੰਟਲ ਤੱਕ weight ਬਣ ਵਗ ਜਾਂਦਾ ਜੀ। ਠੀਕ ਆ ਜੀ, 13 ਫੁੱਟੀ ਵਗ ਜਾਂਦੀ ਹੈ 25 ਕੁਇੰਟਲ ਦੀ, 11 ਫੁੱਟੀ ਬਣ ਜਾਂਦੀ ਹੈਗੀ ਜੀ ਇਹ ਆਪਣੇ 24 ਕੁਇੰਟਲਾਂ ਦੀ। ਠੀਕ ਆ, ਜਿਵੇਂ ਹੁਣ ਇੱਧਰ ਤੁਸੀਂ ਆਹ ਟਰਾਲੀ ਤਿਆਰ ਕਰੀ ਨੇ, ਇਹ ਟਰਾਲੀ ਤਿਆਰ ਹੋਈ ਆ ਜੀ, ਪੇਟ ਤੇ ਲੱਗ ਰਹੀ ਆ, ਇਹ ਪੇਟ ਤੇ ਲੱਗ ਰਹੀ ਆ ਇਹ। ਠੀਕ ਆ ਜੀ, ਮੈਂ ਕਹਿੰਦਾ ਸਫਾਈ ਵੀ ਤੁਹਾਡੀ ਪੂਰੀ ਵੱਧ ਆ ਨਾ, ਸਾਰਾ ਚੀਜ਼ ਦੇਣਾ ਜੀ। ਆਹ ਦੇਖੋ ਜੀ, ਆਹ ਲੇੜਾਂ ਤੇ ਸਾਰੀ ਤੇ ਸਫਾਈ ਦਿੱਤੀ ਆ ਪੂਰੀ ਵਧੀਆ। ਠੀਕ ਆ, ਬਾਕੀ ਆਹ ਤੁਸੀਂ ਗੋਲਾ ਲਾਇਆ ਹੋਣਾ, ਗੋਲ ਪਾਇਪ ਨਹੀਂ, ਚੈਂਡਰ ਲਾ ਦਿੰਦੇ ਨੇ ਵਿੱਚ, ਐਂਗਲ ਵੀ ਲੱਗ ਜਾਂਦੀ ਆ। ਠੀਕ ਆ, ਗੋਲ ਪਾਇਪ ਵੀ ਲੱਗ ਜਾਂਦਾ, ਇਹ ਗਾਹਕ ਦੇ ਸਿਰ ਤੇ ਹੈਗਾ, ਜਿਹੜਾ ਤਿੰਨੇ ਟਰਾਲੀਆਂ ਖੜੀਆਂ ਨੇ ਗੋਲ ਪਾਇਪ ਪਾਣੀ ਨੇ, ਆਹ ਉਹਦੇ ਚੈਂਡਰ ਵਾਲੀ ਗੱਲੀ। ਤੂੜੀ ਵਾਲੀ ਵਗੈਰਾ ਤੇ ਲਾਉਣੀ ਹੋਊ ਟਰਾਲੀ ਇਹਨਾਂ ਨੇ, ਕੁਛ ਵੀ ਕੰਮ ਲੈਣਾ ਜ਼ਿਮੀਦਾਰ ਨੇ। ਠੀਕ ਆ, ਉਹਦੇ ਹਿਸਾਬ ਨਾਲ ਆ ਜੀ। ਹਾਂ, ਤੇ ਹੋਰ ਜੀ ਕੋਈ ਖਾਸ ਹੀ ਟਰਾਲੀ ਦੀ ਆਪਣੀ?
ਇੱਕ ਟਰਾਲੀ ਦੀ ਖਾਸੀਅਤ ਆਪਣੀ ਇਹ ਹੈ ਜੀ, ਮੰਨ ਲਓ ਜਿੱਥੋਂ ਆਪਾਂ ਲਾਉਣੇ ਆ ਇਹ ਡਾਲ ਆ ਨਾ, ਹਾਂਜੀ ਐਂ ਘੁੱਕ ਜਾਂਦੀ ਹੈ ਟਰਾਲੀ ਥੱਲੇ ਥੱਲੇ ਖਿੱਚ ਕੇ ਨਹੀਂ ਲਿਆਉਂਦੀ ਮਾਲ। ਅੱਛਾ ਜੀ। ਹਾਂ, ਢੇਰੀ ਇੱਕ ਥਾਂ ਲਾ ਦਿੰਦੀ ਹੈ ਫਸਲ, ਮਤਲਬ ਕਿ ਰੇਤੇ ਦੀ ਢੇਰੀ ਆ, ਇੱਕ ਥਾਂ ਲਾ ਦਿੰਦੀ ਆ, ਫਸਲ ਵੀ ਇੱਕ ਥਾਂ ਲਾ ਦਿੰਦੀ ਹੈਗੀ। ਠੀਕ ਹੈ ਜੀ, ਖਿੱਚ ਕੇ ਨਹੀਂ ਲਿਆਉਂਦੀ ਐ ਵੀ ਹਾਂ ਖਿੱਚ ਕੇ ਲੈ ਜੀ। ਤੇ ਇੱਕ ਜਿਹੜੀ ਆਪਣੀ ਮੇਨ ਲੋਕੇਸ਼ਨ ਆ ਇਹ ਦੱਸ ਦੂਗਾ ਆਪਣਾ ਰੋਡ ਆ ਜਿਹੜਾ। ਹਾਂ, ਇਹ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜੀ। ਠੀਕ ਹੈ। ਦਰਾਜ ਵਾਲੇ ਫਾਟਕ ਹੈ, ਦਰਾਜ ਵਾਲੇ ਫਾਟਕਾਂ ਦੇ ਉੱਤੇ ਆ ਜਮਾ। ਹਾਂ, ਉੱਥੇ ਰਾਈਆ ਵਰਕਸ, ਰਾਈਆ ਵਰਕ ਸਾਹਿਬ ਮਿੱਤਰੋ ਬਾਈਆਂ ਦਾ। ਬਾਕੀ ਨੰਬਰ ਵਗੈਰਾ ਸਕਰੀਨ ਉੱਤੇ ਚੱਲਿਆ, ਤੁਸੀਂ ਬੋਲ ਵੀ ਦਿਓ ਜੀ ਨੰਬਰ ਵਗੈਰਾ ਉਹਦਾ। ਨੰਬਰ ਹੈਗਾ ਜੀ 91 160 43000 43000 ਪੂਰਾ। ਤੇ ਇਹਦੇ ਮਿੱਤਰੋ ਤੁਸੀਂ ਕੰਟੈਕਟ ਕਰ ਸਕਦੇ ਹੋ, ਕਿੰਨੇ ਫੁੱਟੀ ਟਰਾਲੀ ਬਣੇ, 10 11 ਹੈ ਨਾ, 12 14। ਹਾਂ, ਤੇ ਜਿੰਨੇ ਵੀ ਫੁੱਟੀ ਟਰਾਲੀ ਆ ਬਾਈ ਹੁਣੇ ਪੇਟ ਕਰੀ ਜਾਂਦੇ ਨਾਲ ਦੀ ਨਾਲ ਦੇਖੋ। ਤੇ ਆਪਣਾ ਹਿੱਸੇ ਵਗੈਰੇ ਦਾ ਜੀ ਮੇਨ ਗੱਲ ਕਰੀਏ, ਵਿੱਚ ਕਹਿੰਦੇ ਰੇਲ ਦਾ ਸੈਂਪਲ 4 ਇੰਚੀ 3 ਇੰਚੀ, ਹਿੱਸਾ ਜਿਹਾ ਜਿਹਾ ਮਰਜ਼ੀ ਲਾ ਲਓ ਜੀ। ਠੀਕ ਹੈ। ਟਾਟਾ ਦਾ ਹਿੱਸਾ ਲੱਗਿਆ ਵਾ ਟਰਾਲੀ ਦੇ, ਆਹ ਟਾਟਾ ਦਾ 8 ਨਟੀ ਹੱਬ ਆ ਇਹਨੂੰ। ਠੀਕ ਹੈ। 10 ਨਟੀ ਹੱਬ ਵੀ ਲੱਗ ਜਾਂਦੀ ਹੈ। ਠੀਕ ਹੈ ਜੀ। ਵੀ ਮੰਨ ਲਓ ਜਿਹੇ ਜਿਹੀ ਵੀ ਚੀਜ਼ ਗਾਹਕ ਡਿਪੈਂਡ ਕਰਦਾ ਉਹੀ ਹੀ ਲੱਗ ਜਾਂਦੀ ਹੈ। ਠੀਕ ਹੈ, ਟਾਟਾ ਦਾ ਗਾ ਟਾਟਾ ਦਾ ਹੋ ਜਾਊਗਾ। ਤੇ ਜਿਵੇਂ ਸੇਲ ਦਾ ਹੋ ਗਿਆ, ਸੇਲ ਜਿਹੜਾ ਵੀ ਕੰਪਨੀ ਦਾ ਮਾਲ ਕਹਿਣਗੇ ਜ਼ਿੰਮੇਵਾਰ, ਅਸੀਂ ਉਹ ਚੀਜ਼ ਦੀ ਤਰ੍ਹਾਂ ਉਹ ਚੀਜ਼ ਹੋ ਜਿਵੇਂ ਜਾਲੀਆਂ ਆ ਗਈਆਂ ਨੇ ਇਧਰਲੀ ਸਾਈਡ ਤੇ। ਠੀਕ ਹੈ, ਜਿਵੇਂ ਉਹ ਤੂੜੀ ਵਾਲੀ ਤੇ ਮਾਲ ਕੋ ਟੋਪੀ ਵਗੈਰਾ ਜਿਵੇਂ ਉਹ ਲਾਉਣੀ ਆ, ਸਾਰਾ ਕੁਝ ਐਵੇਂ ਹੀ ਹੋ ਜੂਗਾ। ਸਾਰਾ ਬੈਡ ਲੱਗ ਜਾਂਦਾ ਜੀ। ਠੀਕ ਹੈ, ਮਗਰ ਉਹ ਦੇਖੋ ਤੁਸੀਂ ਬੰਦ ਦੇਖ ਹੀ ਲਈ ਟਰਾਲੀ। ਹਾਂ, ਬੰਦ ਟਰਾਲੀਆਂ ਨੇ ਜਿਵੇਂ ਉਹ ਕੱਲੀ ਟੋਪੀ ਧਰੀ ਜਾਂਦੀ ਆ ਦੇ ਉੱਤੇ, ਟੋਪੀ ਧਰੀ ਜਾਂਦੀ ਆ ਜੀ। ਠੀਕ ਹੈ, ਤੇ ਜਿਵੇਂ ਨਾ ਇਧਰਲੀ ਸਾਈਡ ਤੇ ਇਹ ਟਰਾਲੀ ਖੜੀ ਹੈ ਜੀ। ਆਹ ਇਹ ਟਰਾਲੀ ਵੀ ਪੇਂਟ ਤੇ ਆਈ ਹੈ, ਦੂਆ ਤਿਆਰ ਹੋ ਕੇ ਪੇਂਟ ਹੋਣੀ ਆ ਇਹ। ਠੀਕ ਹੈ। ਹਾਂ, ਤਿਆਰ ਹੋਈ ਖੜੀ ਆ, ਬਸ ਦੂਆ ਪੇਂਟ ਤੇ ਲਾਉਣੀ ਆ। ਇਹ 11 6.5 ਆ, ਇਹ 12 6.5, ਇਸੇ 12 6.5 ਹੈਗੀ। ਠੀਕ ਹੈ। ਉਹ 13 7 ਆ ਜਿਹੜੀ ਪੇਂਟ ਹੋਈ ਜਾਂਦੀ ਆ, ਆਹ ਜਾਲੀਆਂ ਨੇ ਜਿਹੜੀਆਂ ਉਹ ਟਰਾਲੀ ਜਿਹੜੀ ਇਹ ਟਰਾਲੀ ਦੀਆਂ। ਹਾਂ, ਜਿਹੜੀ ਆਹ ਤਿਆਰ ਹੋਈ ਜਾਂਦੀ ਆ, ਆਹ ਦੇਖੋ ਆਹ। ਠੀਕ ਹੈ ਲੈ ਮਿੱਤਰੋ, ਸਟੇਟ ਗੰਨ ਲਾ ਕੇ ਨਾ ਇਹ ਚੀਜ਼ ਲਗਾਉਣਾ ਚਾਹੁੰਦਾ ਜੀ। ਠੀਕ ਹੈ, ਜਿਵੇਂ ਵੀ ਆਹ ਚੀਜ਼ ਮੋਡੀਫਿਕੇਸ਼ਨ ਕਰਵਾਉਣਾ ਚਾਹੁੰਦਾ ਆਪਣੇ ਤਰ੍ਹਾਂ ਦੀ, ਫੋਟੋ ਦਿਖਾ ਦੇਵੇ ਟਰਾਲੀ ਦੀ ਵੀ ਇਹ ਜੀ ਬਣਵਾਉਣੀ, ਉਹ ਜੀ ਬਣਾ ਦੇਵੇ, ਤਿਆਰ ਹੋ ਜਾਂਦੀ ਜੀ। ਠੀਕ ਹੈ। ਤੇ ਮਿੱਤਰੋ ਨੰਬਰ ਵਗੈਰਾ ਸਕਰੀਨ ਦੇ ਉੱਤੇ ਨਾ ਚੱਲੀ ਜਾਂਦਾ ਬਾਈ ਹੁਣਾਂ ਦਾ। ਤੇ ਮੇਨ ਲੋਕੇਸ਼ਨ ਜਿਹੜੀ ਤਪਾ ਮੰਡੀ ਆ, ਦਰਾਜ ਰੋਡ ਆ। ਤੇ ਬਾਕੀ ਜਿਹੋ ਜਿਹੀ ਤੁਸੀਂ ਟਰਾਲੀ ਕਹੋਗੇ ਤੁਹਾਨੂੰ ਉਹੋ ਜਿਹੀ ਬਣਾ ਕੇ ਦੇ ਦੇਣਗੇ। ਤੇ ਆਪਾਂ ਕਹਿੰਦੇ ਟਰਾਲੀ ਬਣਾਉਣ ਦਾ ਕਿੰਨੇ ਕੁ ਟਾਈਮ ਤੱਕ ਬਣਾ ਦਿੰਦੇ ਟਰਾਲੀ ਤੁਸੀਂ? ਇਹ ਸਾਈ ਤੇ ਡਿਪੈਂਡ ਆ, ਜਦੋਂ ਸਾਈ ਹੋ ਜਾਂਦੀ ਹੈ ਜੀ ਅਸੀਂ 20 ਦਿਨਾਂ ਜਾਂ ਮਹੀਨੇ ਦੇ ਵਿੱਚ ਟਰਾਲੀ, ਸਾਈ ਦੇ ਅੰਦਰ ਅੰਦਰ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਟਰਾਲੀ ਬਣਾ ਦਿੰਦੇ ਹੋਗੇ। ਠੀਕ ਹੈ, ਬਾਕੀ ਸਫਾਈ ਵਗੈਰਾ ਹੈ ਨਾ ਪੂਰੀ ਘੈਂਟ ਆ ਜਾਣਾ ਹੈ ਨਾ ਜੀ। ਤੇ ਆਹ ਲੋਕ ਮੈਂ ਪਹਿਲੀ ਵਾਰ ਦੇਖਿਆ ਇਹ ਚੀਜ਼ ਤੁਹਾਡੇ ਲਾਏ ਹੋਏ ਨਹੀਂ, ਬਾਕੀ ਕੁੰਡੇ ਲਾ ਦਿੰਦੇ ਜਾਂ ਕਿੱਲੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ। ਰਾੜ ਵਧੀਆ ਕੁਆਲਿਟੀ ਆ, ਜੇ ਡਾਰਕ ਦਾ ਰਾੜ ਵਰਤਦੇ ਆ ਅਸੀਂ। ਠੀਕ ਹੈ, ਰਾੜ ਆ ਜਿਹੜੇ ਉਹਦਾ। ਤੇ ਬਾਕੀ ਸਫਾਈ ਵੀ ਆ, ਬਿਲਡਿੰਗ ਆ ਦੇਖਿਆ ਹੈਗਾ, ਧੁਰ ਤੋਂ ਲੈ ਕੇ ਧੁਰ ਤੱਕ ਹੈ ਨਾ ਜੀ ਸਾਰਾ। ਹਾਂ, ਆਹ ਦੇਖੋ ਸਾਰੀ ਲੇਡ ਲੱਗੀ ਵੇਖ ਜੀ, ਆਹ ਦੇਖੋ ਆ। ਠੀਕ ਹੈ, ਆਹ ਦੇਖ ਸਾਰੀ। ਇਸ ਤੋਂ ਬਾਅਦ ਫੇਰ ਜਾ ਕੇ ਹੁਣ ਇਹ ਰੰਗ ਤੇ ਲੱਗੂਗੀ, ਇਹਦੇ ਵਿੱਚ ਇਹਦੇ ਪੱਟੀ ਪੱਟੀ ਭਰ ਕੇ ਸਾਰਾ ਕੁਝ ਕਰਕੇ ਫੇਰ ਰੰਗ ਤੇ ਲਾਉਂਦੇ। ਠੀਕ ਹੈ। ਤੇ ਜਿਵੇਂ ਹੁਣ ਬਾਈ ਗਾਹਕ ਨੇ ਕਹਿ ਦਿੰਦਾ ਵੀ ਟਾਇਰ ਵਗੈਰਾ, ਕੱਲੇ ਗਾਹਕ ਨੇ ਟਾਇਰ ਲਿਆਉਣ ਦੀ ਲੋੜ ਆ? ਟਾਇਰ ਵੀ ਮਿਲ ਜਾਂਦੇ ਇੱਥੋਂ? ਫਿਰ ਟਾਇਰ ਨਹੀਂ ਜੀ, ਟਾਇਰ ਗਾਹਕ ਦੀ ਚੁਆਇਸ ਦੇ ਆ। ਉਹ ਗਾਹਕ ਦੀ ਚੁਆਇਸ ਦੇ ਆ, ਜਿਹੋ ਜਿਹੇ ਗਾਹਕ ਨੇ ਪੁਰਾਣੇ ਪਾਉਣੇ ਆ। ਠੀਕ ਹੈ, ਇਹ ਜੇ ਵੀ ਪਾਉਣੇ ਆ ਟਾਇਰ ਉਹਨਾਂ ਦੇ ਦੇਣੇ। ਤੇ ਆਪਾਂ ਤਾਂ ਮਤਲਬ ਕਿਲੋਆਂ ਦੇ ਹਿਸਾਬ 'ਚ ਟਰਾਲੀ ਦੇ ਦੇਣੀ, ਟਰਾਲੀ ਉਹਨਾਂ ਨੂੰ ਤਿਆਰ ਕਰਕੇ ਦੇ ਦੇਣੀ ਆ। ਠੀਕ ਆ, ਜੇ ਟਾਇਰ ਮਾਲਕ ਨੇ ਲਿਆ, ਮਾਲਕ ਦੇ ਹੁਣ ਲੈ ਮੈਂ ਤੁਹਾਨੂੰ ਕਿਲੋਆਂ ਦੇ ਭਾਅ ਦੇ ਵਿੱਚ ਟਰਾਲੀ ਜਿਹੜੀ ਇੱਥੋਂ ਉਹ ਮਿਲ ਜੂਗੀ ਰਾਈਆ ਐਗਰੀ ਵਰਕ ਸਾਹਿਬ ਤਪਾ ਮੰਡੀ ਵਾਲਿਆਂ ਦੇ ਕੋਲੋਂ। ਬਾਕੀ ਇੱਧਰ ਪੇੜ ਤੇ ਵੀ ਚੱਲੀ ਜਾਂਦਾ ਕੰਮ, ਤੇ ਟਰਾਲੀ ਦਾ ਤੁਹਾਨੂੰ ਦਿਖਾ ਦਿੰਦੇ ਹਾਂ। ਦੇਖੋ ਇੱਧਰਲੀ ਸਾਈਡ ਤੇ ਇਹ 12 ਫੁੱਟੀ ਤਿਆਰ ਕਰਵਾਈ ਆ ਬਾਈ ਹੁਣਾਂ ਨੇ। ਤੇ ਇਹਦਾ ਜਿਹੜਾ ਪੇਂਟ ਦਾ ਕੰਮ ਜਿਹੜਾ ਉਹ ਚੱਲੀ ਜਾਂਦਾ, ਮਤਲਬ ਲੀਲਾ, ਇਹ ਤੇ ਲੀਲਾ ਰੰਗ ਕਰਨਾ ਸੀ ਨਾ? ਹਾਂ, ਇਹ ਤੇ ਹਾਲੈਂਡ ਬਲੂ ਹੋਣਾ ਜੀ, ਹਾਲੈਂਡ ਵਾਲਾ, ਜਿਹੜਾ ਟੈਟੂ ਉਹਦੇ ਨਾਲ ਦਾ ਰੰਗ ਜੌਂਡੀਅਰ ਵਾਲਾ ਹੋ ਗਿਆ। ਤੇ ਇੱਧਰ ਆਹ ਵੀ ਹਾਲੈਂਡ ਵਾਲੀ ਹੋ ਗਈ ਨਾ, ਖੱਟੇ ਰੰਗ 'ਚ ਤੁਸੀਂ ਦੇਖ ਸਕਦੇ ਹੋ। ਬਾਕੀ ਮੋਡੀਫਿਕੇਸ਼ਨ ਕਰੀ ਹੋਈ ਟਰਾਲੀ ਦੀ ਨਾ ਸਾਰੀ ਤੁਹਾਨੂੰ ਵਿਖਾ ਦਿੰਦੇ ਹਾਂ। ਆ ਜਾਓ ਬਾਈ ਮਾੜਾ ਜਿਹਾ ਇੱਧਰ ਨੂੰ ਦੱਸੀ ਚੱਲੋ ਨਾਲ, ਜਿਵੇਂ ਆਹ ਦੇਖੋ ਜੀਪ ਵਗੈਰਾ ਲਾਈ ਹੋਈ ਨਾ ਜੀ। ਪਲਾਜ਼ਮਾ ਕਟਿੰਗ ਤੇ ਲੱਗਦੀ ਸਾਰੀ ਡਿਜ਼ਾਈਨ, ਜਿਹੜਾ ਜਿੰਨਾ ਵੀ ਡਿਜ਼ਾਈਨ ਪੈਂਦਾ ਹੈਗਾ। ਠੀਕ ਆ, ਆਹ ਨੰਬਰ ਨੇ ਆਪਣੇ ਨਾ ਜੀ। ਠੀਕ ਆ ਲੈ ਮਿੱਤਰੋ, ਨੰਬਰ ਸਕਰੀਨ ਦੇ ਉੱਤੇ। ਬਾਕੀ ਆ ਡਾਲੇ ਤੇ ਰਾਜ ਸਿੰਘ ਰਾਈਏ ਵਾਲੇ ਨਾ, ਇਹ ਰਾਈਆ ਫਿਰ ਆਪਣੇ ਕਿਵੇਂ ਪਿਆ ਹੋਇਆ ਨਾਂ ਨੂੰ?
ਇਹ ਰਾਈਆ ਵੀਰ ਜੀ ਆਪਣਾ ਪਿੰਡ ਸੀ ਪਿਛਲਾ। ਠੀਕ ਹੈ, ਪਿਛਲਾ ਪਿੰਡ ਹੈਗਾ। ਹਾਂ ਬਸ ਜੀ ਉਹ ਗੱਲ, ਪਿੰਡਾਂ ਨੂੰ ਪਿਆਰ ਕਰਦੇ ਆ, ਪਿੰਡਾਂ ਦੇ ਨਾਂ ਉਤੇ ਹੀ ਰੱਖ ਲਿਆ। ਠੀਕ ਹੈ, ਪਿੰਡ ਦੇ ਨਾਂ ਉਤੇ ਹੀ ਰੱਖਦਾ ਵੀ ਰਾਈਆ ਐਗਰੀ ਵਰਕਸ। ਰਾਈਆ ਐਗਰੀ ਵਰਕਸ, ਠੀਕ ਆ। ਤੇ ਲੈ ਬਾਈ, ਜਿਹੜੇ ਵੀਰ ਨੇ ਟਰਾਲੀ ਬਣਾਉਣੀ ਆ, ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਸੀ, ਟਰਾਲੀ ਦੇਖ ਲਓ ਪਹਿਲਾਂ ਤਾਂ ਪਾਈ ਜਾਂਦੀ ਹੈ ਨਾ, ਬਣੀ ਹੋਈ ਲੁੱਕ ਟਰਾਲੀ ਦੀ, ਅਤੇ ਡਾਲਾ ਵਗੈਰਾ ਜਿਹੜੀ ਚੋਇਸ ਤੁਸੀਂ ਕਹੋਗੇ ਉਵੇਂ ਬਣ ਜੂ, ਜਾਲੀ ਵਗੈਰਾ ਹੈ ਨਾ ਏ ਟੂ ਜੈੱਡ, ਉਹਦੇ ਲੋਟ ਬਣ ਜੂ ਬਾਈ। ਨੰਬਰ ਸਕਰੀਨ ਦਾ 9160 43000 ਪੂਰਾ ਨੰਬਰ ਆ, ਅਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਹੁਣ ਸ਼ੇਅਰ ਕਰ ਦਿਓ, ਅਤੇ ਸ਼ੇਅਰ ਕਰਕੇ ਜਿਹੜੇ ਵੀਰ ਸਕਰੀਨਸ਼ੋਟ ਪਾਉਣਗੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇ ਦਿਓ ਨਾ, ਜਿਹੜਾ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਸਾਈ ਦਿੰਦਾ ਗਾ, ਉਹਨਾਂ ਕੋਲ ਉਹਨਾਂ ਲਈ ਕੋਈ ਆਫਰ ਆ, ਉਹਨਾਂ ਲਈ ਡਿਸਕਾਊਂਟ ਆ ਜੀ, ਮੌਕੇ ਤੇ ਕਰਾਂਗੇ। ਠੀਕ ਆ, ਮੌਕੇ ਤੇ ਹੋ ਜਾਊਗਾ। ਠੀਕ ਆ, ਲੈ ਬਾਈ ਕਰ ਦਿਓ ਵੀਡੀਓ ਨੂੰ ਸ਼ੇਅਰ, ਅਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ। ਧੰਨਵਾਦ ਜੀ।